ਪੰਜਾਬ ਪਲੱਸ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ SR ਪੈਟਰੋਲ ਪੰਪ, ਜੋ ਕਿ ਕੋਟ ਈਸੇ ਖਾਂ ਵਿੱਚ ਸਥਿਤ ਹੈ। ਆਰਮ ਫਿਊਲ ਸੈਂਟਰ ਇਹ ਕੋਟ ਈਸੇ ਖਾਂ ਦੇ ਨਾਂ 'ਤੇ ਮਸ਼ਹੂਰ ਹੈ। ਖੁੱਲ੍ਹੀ ਡੁੱਲੀ ਹਵਾਦਾਰ ਜਗ੍ਹਾ ਜਿੱਥੇ ਪਾਰਕਿੰਗ ਦੀ ਸੁਵਿਧਾ ਵੀ ਮੌਜੂਦ ਹੈ। ਫਿਲਟਰ ਵਾਲਾ ਠੰਡਾ ਪਾਣੀ ਇੱਥੇ ਉਪਲਬਧ ਹੈ ਅਤੇ ਸਾਫ਼ ਸੁਥਰੇ ਬਾਥਰੂਮ ਦੀ ਸੁਵਿਧਾ ਵੀ ਉਪਲਬਧ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ SR ਪੈਟਰੋਲ ਪੰਪ। ਸਾਡੀ ਟੀਮ ਨੇ ਨਾਰਮ ਜੀ ਨਾਲ ਵੀ ਗੱਲਬਾਤ ਕੀਤੀ। ਪੰਜਾਬ ਬੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ SR ਪੈਟਰੋਲ, ਇੱਕ ਐਸਾ ਪੰਪ ਜਿਹੜਾ ਕਿ ਕੋਟੀ ਸਿੱਖਾਂ ਦੇ ਹਰਡ ਦੇ ਵਿੱਚ ਨਾਰਾਇਣ ਸਾਹਿਬ ਹੋਰਾਂ ਨੇ ਖੋਲ੍ਹਿਆ ਹੈਗਾ। ਆਪਾਂ ਦੇਖ ਸਕਦੇ ਹਾਂ ਖੁੱਲ੍ਹੀ ਡੁੱਲੀ ਜਗ੍ਹਾ, ਪਾਰਕਿੰਗ ਦੀ ਬਹੁਤ ਜ਼ਿਆਦਾ ਫੈਸਿਲਿਟੀ, ਉਹਦੇ ਨਾਲ ਨਾਲ ਫਲੈਸ਼ਿਸ ਬਾਥਰੂਮ ਔਰ ਉਹਦੇ ਨਾਲ ਨਾਲ ਨਈਆਂ ਨਈਆਂ ਮਸ਼ੀਨਾਂ, ਔਰ ਖੁਦ ਬ ਖੁਦ ਬੰਦੇ ਦਾ ਦਿਲ ਕਰਦਾ ਵੀ ਅਸੀਂ ਇੱਥੇ ਆਈਏ। ਔਰ ਜਿਸ ਤਰੀਕੇ ਦੇ ਨਾਲ ਵਾਹਨ ਦੇ ਖੜ੍ਹਨ ਦੇ ਲਈ ਉੱਪਰ ਸ਼ੈੱਡ ਦੀ ਜਿਹੜੀ ਹੈਗੀ ਸੁਵਿਧਾ ਇੱਥੇ ਪ੍ਰੋਵਾਈਡਡ ਹੈ। ਨਰਮ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਹਾਂਜੀ, ਧੰਨਵਾਦ ਜੀ ਤੁਹਾਡਾ ਇੱਥੇ ਆਉਣ ਦੇ, ਅਤੇ ਬਾਕੀ ਜੀ ਆਇਆਂ ਨੂੰ ਕਹਿੰਦਾ ਮੈਂ ਆਪਦੇ ਵੱਲੋਂ ਤੁਹਾਨੂੰ। ਨਰਮ ਜੀ, ਕਿੱਦਾਂ ਤੁਹਾਡੇ ਮਨ 'ਚ ਆਇਆ ਕਿ ਕੋਟੀ ਸਿੱਖਾਂ ਦੇ ਸ਼ਹਿਰ ਦੇ ਵਿੱਚ ਇੱਕ ਲੋਕਾਂ ਦੇ ਲਈ ਇੱਕ ਨਈ ਚੀਜ਼, ਜਿਹੜੀ ਕਿਉਂਕਿ ਪੈਟਰੋਲ ਪੰਪ ਬਹੁਤ ਨੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਮਤਲਬ ਇੱਕ ਉਹੋ ਜਿਹੀ ਤਰਜ਼ 'ਤੇ ਬਣਾਇਆ ਪੈਟਰੋਲ ਪੰਪ ਜਿਹਦੇ 'ਚ ਨਈ ਗਰੇਸ, ਨਈ ਚੀਜ਼ਾਂ ਔਰ ਨਵੇਂ ਨਵੇਂ ਕ੍ਰੀਏਸ਼ਨ ਜਿਹੜੇ ਕਰਕੇ ਬਣਾਇਆ ਪੈਟਰੋਲ ਪੰਪ, ਕਿਵੇਂ ਤੁਹਾਡੇ ਪਹੁੰਚਿਆ? ਇੱਦਾਂ ਜੀ, ਇੱਥੇ ਜਦ ਮੈਂ ਛੋਟੇ ਹੁੰਦੇ ਤੋਂ ਵੇਖਦਾ ਪਿਆ ਸੀਗਾ ਵੀ ਕੋਟੀ ਸਿੰਘਾਂ ਦੇ ਵਿੱਚ ਨਾ ਕੋਈ ਸਾਫ਼ ਸੁਥਰਾ ਪੈਟਰੋਲ ਪੰਪ ਨਹੀਂ ਹੈਗਾ ਸੀ, ਅਤੇ ਇੱਥੋਂ ਦੀ ਇਲਾਕੇ ਸਾਡੇ ਦੀ ਇੱਕ ਰਿਕੁਆਇਰਮੈਂਟ ਸੀਗੀ ਹੁਣ, ਕਿਉਂਕਿ ਜਿਵੇਂ ਜਿਵੇਂ ਆਪਣਾ ਸਟੈਂਡਰਡ ਆਫ ਲਿਵਿੰਗ ਉੱਚਾ ਉੱਠਦਾ ਪਿਆ ਅਤੇ ਹਰ ਇੱਕ ਬੰਦੇ ਦੀ ਆਸ ਹੈ ਵੀ ਆਪਾਂ ਸਾਫ਼ ਸੁਥਰੇ ਮਾਹੌਲ ਵਿੱਚ ਜਾ ਕੇ ਚੀਜ਼ ਖਰੀਦੀਏ ਅਤੇ ਉੱਥੇ ਆਪਾਂ ਨੂੰ ਸਾਰੀਆਂ ਸੁਵਿਧਾਵਾਂ ਮਿਲਣ, ਪੀਣ ਵਾਲਾ ਪਾਣੀ ਮਿਲੇ, ਸ਼ੀਸ਼ੇ ਸਾਫ਼ ਹੋਣ, ਚੰਗੇ ਟੋਇਲਟ ਬਾਥਰੂਮ ਹੋਣ, ਅਤੇ ਜੋ ਵੀ ਇਹਨਾਂ ਚੀਜ਼ਾਂ ਦੀ ਕਮੀ ਇੱਥੇ ਮਹਿਸੂਸ ਕੀਤੀ ਗਈ ਸੀਗੀ। ਅਤੇ ਉਹ ਉਸ ਟਾਈਮ ਦੇ ਹੀ ਮਨ ਦੇ ਵਿੱਚ ਖਿਆਲ ਉੱਠਿਆ ਵੀ ਆਪਣੀ ਜਗ੍ਹਾ ਪਈ ਹੈ ਚੰਗੀ ਲੋਕੇਸ਼ਨ ਦੇ ਵਿੱਚ, ਅਸੀਂ ਕਿਉਂ ਨਾ ਮਤਲਬ ਲੋਕਾਂ ਨੂੰ ਇਹ ਸੁਵਿਧਾ ਪ੍ਰਦਾਨ ਕੀਤੀ ਜਾਵੇ। ਨਰਿੰਦਰ ਜੀ, ਜਿਸ ਤਰੀਕੇ ਦੇ ਨਾਲ ਇੱਥੇ ਸਾਫ਼ ਪਾਣੀ ਪੀਣ ਦਾ ਜਿਹੜਾ ਫਿਲਟਰ ਪਾਣੀ ਹੈਗਾ, ਠੰਡਾ ਪਾਣੀ, ਉਹ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ, ਉਹਦੇ ਨਾਲ ਨਾਲ ਹਵਾ ਦੀ ਜਿਹੜੀ ਹੈਗੀ ਆ ਪ੍ਰਮੀਸ਼ਨ ਇੱਥੇ ਹੈਗੀ ਆ, ਔਰ ਉਹਦੇ ਨਾਲ ਨਾਲ ਬੱਚਿਆਂ ਦਾ ਜਿਹੜਾ ਸਟਾਈਲ ਆ, ਤੁਹਾਡੇ ਕੰਮ ਕਰਨ ਵਾਲੇ ਜਿਹੜੇ ਕਰਿੰਦੇ ਨੇ ਉਹ ਵੀ ਹਰੇਕ ਨੂੰ ਬਹੁਤ ਰਿਸਪੈਕਟੇਬਲ ਤਰੀਕੇ ਦੇ ਨਾਲ ਗੱਲਬਾਤ ਕਰਦੇ ਨੇ, ਇਹ ਕੀ ਮੰਨੀ ਹੈ ਕਿ ਤੁਹਾਡੀ ਕੌਂਸਲਿੰਗ ਹੈ ਜਿਹੜੀ ਤੁਸੀਂ ਸੁਬਾਹ ਆ ਕੇ ਇਹਨਾਂ ਨੂੰ ਗਾਈਡ ਕਰਦੇ ਹੋ, ਕਿਉਂਕਿ ਤੁਸੀਂ ਪੁਰਾਣੇ ਇਸ ਏਰੀਏ ਦੇ ਰਹਿਣ ਵਾਲੇ ਹੋ ਔਰ ਆਪਣੇ ਬਿਜ਼ਨਸ ਦੇ ਵਿੱਚ ਸਟੈਬਲਿਸ਼ ਹੋ ਤੁਸੀਂ ਵੀ, ਔਰ ਤੁਹਾਡੇ ਫਾਦਰ ਵੀ, ਉਹਨਾਂ ਨੇ ਵੀ ਨਾਮ ਕਮਾਇਆ ਆਸ ਪਾਸ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਹਾਡਾ ਨਾਮ ਆ ਇਹਦੇ ਵਿੱਚ। ਸਰ, ਗੱਲ ਇਹ ਹੈਗੀ ਆ ਵੀ ਸਾਡੀ ਸੋਚ ਇਹ ਆ ਵੀ ਸਾਫ਼ ਸੁਥਰੇ ਢੰਗ ਨਾਲ ਕੰਮ ਕੀਤਾ ਜਾਵੇ, ਲੋਕਾਂ ਨੂੰ ਸ਼ੁੱਧਤਾ ਪ੍ਰਦਾਨ ਕੀਤੀ ਜਾਵੇ, ਚੰਗੀ ਕੁਆਂਟਿਟੀ, ਪੂਰੀ ਕੁਆਂਟਿਟੀ ਦਿੱਤੀ ਜਾਵੇ, ਅਤੇ ਇਹੀ ਮੋਟਿਵ ਸਾਡੀ ਜਿਹੜੀ ਕੰਪਨੀ ਹੈ SR ਦਾ ਵੀ ਇਹੀ ਮੋਟਿਵ ਹੈ। ਇਹ ਕੰਪਨੀ ਵੱਲੋਂ ਵੀ ਕੁਛ ਇੰਸਟਰਕਸ਼ਨ ਨੇ ਵੀ ਗਾਹਕ ਨਾਲ ਚੰਗੇ ਤਰੀਕੇ ਨਾਲ ਡੀਲ ਕੀਤਾ ਜਾਵੇ, ਅਤੇ ਸਾਡੀਆਂ ਖੁਦ ਦੀਆਂ ਇਹ ਆਪਦੀਆਂ ਸ਼ੁਰੂ ਤੋਂ ਲੈ ਕੇ ਰਹੀਆਂ ਇਹ ਫਾਦਰ ਸਾਹਿਬ ਹੋਣਾਂ ਤੋਂ ਵੀ ਗਾਹਕ ਦੇ ਨਾਲ ਸਹੀ ਤਰੀਕੇ ਨਾਲ ਡੀਲ ਕੀਤਾ ਜਾਵੇ ਅਤੇ ਤਾਂ ਕਿ ਅਗਲੇ ਨੂੰ ਇੱਥੇ ਆ ਕੇ ਚੰਗਾ ਫੀਲ ਹੋਵੇ। ਕਈ ਜਿਹੜੇ ਰੈਗੂਲਰ ਕਸਟਮਰਸ ਨੇ ਔਰ ਉਹਨਾਂ ਦਾ ਵੀ ਕਾਰਡ ਵਗੈਰਾ ਵੀ ਸਵੈਪ ਹੋ ਜਾਂਦਾ, ਕੋਈ ਐਸੀ ਉਹਨਾਂ ਨੂੰ ਡਿਸਕਾਊਂਟ ਮਿਲ ਜਾਂਦਾ ਜਿਹਨਾਂ ਬੰਦਿਆਂ ਨੇ ਡੇਲੀ ਪੈਟਰੋਲ ਡੀਜ਼ਲ ਪਾਉਣਾ ਹੈਗਾ, ਔਰ ਜਿਸ ਤਰੀਕੇ ਨਾਲ ਕੰਪਨੀ ਦੀਆਂ ਜਿਹੜੀਆਂ ਸਕੀਮਸ ਹੈਗੀਆਂ ਉਹ ਇੱਥੇ ਲਾਗੂ ਹੁੰਦੀਆਂ। ਬਿਲਕੁਲ ਜੀ, ਇੱਥੇ ਹਰ ਤਰ੍ਹਾਂ ਦੀ ਸੁਵਿਧਾ ਅੱਜ ਕੱਲ੍ਹ ਜੋ ਵੀ ਪੈਟਰੋਲ ਪੰਪਾਂ 'ਤੇ ਦਿੱਤੀਆਂ ਜਾਂਦੀਆਂ ਉਹ ਸਾਰੀਆਂ ਮਿਲੀਆਂ ਅਵੇਲੇਬਲ ਨੇ। ਔਰ ਇਹਦੇ ਨਾਲ ਨਾਲ ਅਗਰ ਆਪਾਂ ਗੱਲ ਕਰ ਲਈਏ ਕਿ ਨਾਲ ਦੀ ਨਾਲ ਇਹ ਮਸ਼ੀਨ ਦਾ ਜਿਹੜਾ ਹੈਗਾ ਬਿੱਲ ਨਿਕਲ ਜਾਂਦਾ ਹੈਗਾ ਔਰ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਂਦਾ, ਜਿਹਦੇ ਨਾਲ ਲੋਕਾਂ ਦੇ ਮਨ ਵਿੱਚ ਕੋਈ ਵਹਿਮ ਨਹੀਂ ਹੁੰਦਾ। ਜ਼ੀਰੋ ਦਾ ਚੈੱਕ ਕਰਨੀ ਉਹਨਾਂ ਦਾ ਆਪਣਾ ਮੁੱਢਲਾ ਫਰਜ਼ ਹੈ, ਬਾਕੀ ਸਾਰੀ ਜਿਹੜੀ ਜ਼ਿੰਮੇਵਾਰੀ ਤੁਹਾਡੀ ਰਹਿੰਦੀ ਹੈ। ਨਹੀਂ ਜੀ, ਜ਼ੀਰੋ ਚੈੱਕ ਕਰਵਾਉਣੀ ਸਾਡੇ ਸੇਲਸਮੈਨ ਦੀ ਵੀ ਜ਼ਿੰਮੇਵਾਰੀ ਹੈ। ਅਸੀਂ ਸੇਲਸਮੈਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਹੋਈ ਹੈ ਵੀ ਜਦ ਵੀ ਗਾਹਕ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਤੇਲ ਪਾਉਣ ਤੋਂ ਪਹਿਲਾਂ ਜ਼ੀਰੋ ਚੈੱਕ ਕਰਵਾਓ, ਤੇਲ ਪਾ ਕੇ ਫਿਰ ਜ਼ੀਰੋ ਮੀਟਰ ਚੈੱਕ ਕਰਵਾਓ, ਤਾਂ ਕਿ ਅਗਲੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੰਫਿਊਜ਼ਨ ਨਾ ਰਹੇ ਅਤੇ ਪੂਰੇ ਪਾਰਦਰਸ਼ੀ ਢੰਗ ਨਾਲ ਆਪਾਂ ਆਪਦਾ ਕੰਮ ਕਰੀਏ। ਔਰ ਜਿਸ ਤਰੀਕੇ ਦੇ ਨਾਲ SR ਜਿਹੜਾ ਹੈਗਾ ਉਹ ਥੋੜ੍ਹੇ ਚਿਰ 'ਚ ਪੰਜਾਬ 'ਚ ਹਿੰਦੁਸਤਾਨ 'ਚ ਆ ਗਿਆ ਹੈਗਾ, ਕਿਵੇਂ ਲੱਗ ਰਿਹਾ ਹੈਗਾ ਇਹਨਾਂ ਦਾ ਐਟੀਟਿਊਡ, ਕਿੱਦਾਂ ਦਾ ਤੁਹਾਡੇ ਨਾਲ? ਤੁਸੀਂ ਕੰਪਨੀ ਦੇ ਡੀਲਰ ਹੋ ਔਰ ਨਵਾਂ ਨਵਾਂ ਪੰਪ ਖੋਲ੍ਹਿਆ ਹੈਗਾ, ਕਿਹੋ ਜਿਹੇ ਆਫਿਸਰਸ ਨੇ ਔਰ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੰਪਨੀ ਬਹੁਤ ਹੀ ਸਾਫ਼ ਸੁਥਰੇ ਢੰਗ ਨਾਲ ਕੰਮ ਕਰ ਰਹੀ ਹੈ, ਡੀਲਰ ਬਾਰੇ ਵੀ ਸੋਚਦੀ ਹੈ, ਅਤੇ ਮੇਨ ਕੰਪਨੀ ਦਾ ਮੋਟਿਵ ਇਹ ਹੈ ਵੀ ਉਹ ਕਸਟਮਰ ਨੂੰ ਪ੍ਰੈਫਰ ਕਰਦੀ ਹੈ ਵੀ ਕਸਟਮਰ ਨੂੰ ਪੂਰੀ ਸਰਵਿਸ ਦਿੱਤੀ ਜਾਵੇ। ਚਲੋ, ਸਾਡੇ ਵਾਸਤੇ ਵੀ ਬਹੁਤ ਕੁਛ ਕਰਦੀ ਹੈ, ਬਾਕੀ ਕਸਟਮਰ ਮੇਨ ਇਹਨਾਂ ਵਾਸਤੇ ਹੈ। ਔਰ ਜਿਸ ਤਰੀਕੇ ਦੇ ਨਾਲ ਇੱਥੇ ਆਪਾਂ ਦੇਖ ਸਕਦੇ ਹਾਂ ਫਾਇਰ ਦੇ ਲਈ ਵੀ ਤੁਹਾਡਾ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਪਲਬਧ ਹੈਗੀਆਂ,
ਹੋਰ ਵੀ ਹਰ ਚੀਜ਼ ਨੂੰ ਤੁਸੀਂ ਮੱਦੇਨਜ਼ਰ ਰੱਖ ਕੇ ਜਿਹੜਾ ਹੈਗਾ ਇਸ ਪੰਪ ਦੇ ਉੱਪਰ ਕੰਮ ਕਰ ਰਹੇ ਹੋ। ਉਹਦੇ ਨਾਲ ਨਾਲ ਸ਼ੈੱਡ ਜਿਹੜਾ ਤੁਹਾਡਾ ਬੜਾ ਪਿਆਰਾ ਸ਼ੈੱਡ ਹੈਗਾ, ਜਿਸ ਤਰੀਕੇ ਦੇ ਨਾਲ ਬੰਦੇ ਨੂੰ ਧੁੱਪੇ ਨਹੀਂ ਖੜਨਾ ਪੈਂਦਾ ਹੈਗਾ, ਜਿਹੜਾ ਵੀ ਪੈਟਰੋਲ ਜਾਂ ਡੀਜ਼ਲ ਪਾਉਣ ਆਉਂਦਾ ਹੈਗਾ ਉਹਦੀ ਗੱਡੀ ਬਿਲਕੁਲ ਆਰਾਮ ਨਾਲ ਲੱਗਦੀ ਹੈ, ਧੁੱਪ ਨਹੀਂ ਉੱਥੇ ਪੈਂਦੀ। ਕੀ ਗੱਲ? ਬਿਲਕੁਲ ਜੀ ਬਿਲਕੁਲ, ਇਸ ਤਰ੍ਹਾਂ ਜੋ ਵੀ ਕੰਪਨੀ ਦੀਆਂ ਸਿਸਟਮ ਦਿੱਤੇ ਹੋਏ ਨੇ ਇਹ ਸਾਰਾ ਜਦੋਂ ਇਨਫਰਾਸਟਰਕਚਰ ਬਣਾਇਆ ਅਸੀਂ ਆ, ਪਰ ਕੰਪਨੀ ਵੱਲੋਂ ਜੋ ਵੀ ਮਤਲਬ ਮੈਪ ਦਿੱਤੇ ਗਏ ਆ ਉਹੀ ਇੱਥੇ ਲਾਗੂ ਹੋਏ। ਔਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਕੀਮਾਂ ਹੋਰ ਜਿਵੇਂ ਕਈ ਵਾਰ ਕੋਈ ਲੱਕੀ ਬੰਪਰ ਹੋਰ ਸਕੀਮਾਂ ਜਿਹੜੀਆਂ ਆਉਂਦੀਆਂ ਉਹ ਵੀ ਤੁਸੀਂ ਕੋਟੀ ਸਿੰਘਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਮੁਹੱਈਆ ਕਰਾਓਗੇ? ਨਹੀਂ ਜੀ, ਇੱਦਾਂ ਪਿੱਛੇ ਅਸੀਂ ਟਾਈਮ ਟੂ ਟਾਈਮ ਆਪਣੀਆਂ ਸਕੀਮਸ ਦਿੰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਪਿੱਛੇ ਆਪਣੇ ਕਰੋਨਾ ਕਾਲ ਚੱਲਦਾ ਪਿਆ, ਪਿੱਛੇ ਅਸੀਂ ਸਕੀਮ ਦਿੱਤੀ ਸੀਗੀ ਟੈਂਕੀ ਫੁੱਲ ਕਰਵਾਓ, 2 ਵੀਲਰ ਦੀ 4 ਵੀਲਰ ਦੀ ਕਰੋਨਾ ਕਿੱਟ ਫਰੀ ਦਿੱਤੀ ਸੀ, ਉਹਦਾ ਬਹੁਤ ਵਧੀਆ ਰਿਸਪੋਂਸ ਵੀ ਰਿਹਾ। ਚਲੋ ਸਾਡਾ 2 ਮਕਸਦ ਸੀ ਉਹਦੇ ਵਿੱਚ ਵੀ ਨਾਲ ਦੀ ਨਾਲ ਲੋਕਾਂ ਨੂੰ ਕਰੋਨਾ ਪ੍ਰਤੀ ਅਵੇਅਰ ਕੀਤਾ ਜਾਵੇ, ਨਾਲ ਦੀ ਨਾਲ ਜਦੋਂ ਸਾਡੀ ਸੇਲ ਵੀ ਬੂਸਟ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਮੌਕੇ ਮੁਤਾਬਕ ਫਿਰ ਸਕੀਮਸ ਦੇਵਾਂਗੇ। ਔਰ ਸਰ ਜਿਹੜੇ ਵੀ ਇੱਥੋਂ ਆਪਣੇ ਚੈਨਲ ਦੇ ਮਾਧਿਅਮ 'ਤੇ ਸੁਣ ਰਹੇ ਆ ਲੋਕ, ਚਾਹੇ ਉਹ ਦੂਰ ਬੈਠੇ ਆ, ਤਾਂ ਉਹਨਾਂ ਨੂੰ ਵੀ ਮਤਲਬ ਚਾਹੇ ਉਹ ਇੱਥੋਂ 20-50 ਕਿਲੋਮੀਟਰ ਦੂਰ ਆਪਣਾ ਇੰਸਟੀਟਿਊਸ਼ਨ ਚਲਾ ਰਹੇ ਆ, ਕਾਲਜ ਚਲਾ ਰਹੇ ਆ, ਸਕੂਲ ਚਲਾ ਰਹੇ ਆ, ਅਗਰ ਉਹ ਵੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਲਈ ਕੋਈ ਸਪੈਸ਼ਲ ਮਤਲਬ ਤੁਸੀਂ ਉਹਨਾਂ ਨਾਲ ਅਟੈਚਮੈਂਟ ਕਰ ਸਕਦੇ ਹੋ, ਰਿਵਾਇਤ ਕਰ ਸਕਦੇ ਹੋ ਉਹਨਾਂ ਨੂੰ ਵੀ ਸਕੂਲਾਂ ਕਾਲਜਾਂ ਨਾਲ? ਦੇਖੋ ਜੀ, ਅਸੀਂ ਇਹ ਗੱਲ ਕਹਿੰਦੇ ਆਮ ਤੌਰ 'ਤੇ ਹੁਣ ਮਾਰਕੀਟ ਦੇ ਵਿੱਚ ਇਹ ਟ੍ਰੈਂਡ ਚੱਲ ਰਿਹਾ, ਲੋਕ ਸਕੂਲਸ ਵਾਲੇ ਕਾਲਜ ਵਾਲੇ ਜਿਹਨਾਂ ਕੋਲ ਬਲਕ ਦੇ ਵਿੱਚ ਸੇਲਾਂ ਨੇ ਉਹਨਾਂ ਦਾ ਇੱਕੋ ਹੀ ਅੱਗੋਂ ਸਵਾਲ ਹੁੰਦਾ ਹੈ ਵੀ ਸਾਨੂੰ ਲੈਸ ਕੀ ਦਿਓਗੇ, ਪਰ ਅਸੀਂ ਕਹਿੰਦੇ ਹਾਂ ਵੀ ਅਸੀਂ ਕੁਆਂਟਿਟੀ ਅਤੇ ਕੁਆਲਿਟੀ ਬਿਲਕੁਲ ਐਕੋਰੇਟ ਦੇਵਾਂਗੇ, ਉਹਦੇ ਨਾਲ ਤੁਹਾਡੀ ਲੈਸ ਵਿੱਚ ਹੀ ਕਵਰ ਹੋ ਜਾਣੀ ਹੈ, ਅਤੇ ਅਸੀਂ ਹਰ ਤਰ੍ਹਾਂ ਦੇ ਗਾਹਕ ਨੂੰ ਜੀ ਆਏ ਆਖਦੇ ਹਾਂ, ਜੋ ਵੀ ਆਵੇ ਸਾਡੇ ਵਾਸਤੇ ਮੋਸਟ ਉਹਦੇ ਲਈ ਮੋਸਟ ਵੈਲਕਮ ਹੈ। ਔਰ ਜਿਸ ਤਰੀਕੇ ਦੇ ਨਾਲ ਪੇਟੀਐਮ ਦੀ ਗੱਲ ਕਰ ਲਈਏ, ਗੂਗਲ ਪੇ ਦੀ ਗੱਲ ਕਰ ਲਈਏ, ਹੋਰ ਜਿਹੜੀਆਂ ਵੀ ਸਕੀਮਾਂ ਦੀ ਗੱਲ ਕਰ ਲਈਏ, ਤਾਂ ਉਹ ਸਾਰੀਆਂ ਇੱਥੇ ਲਾਗੂ ਨੇ, ਜਿਹਦੇ ਨਾਲ ਕਿ ਕਸਟਮਰ ਨੂੰ ਮਤਲਬ ਜਿਹੜਾ ਔਨਲਾਈਨ ਦੇ ਲਈ ਉਹ ਕੰਮ ਕਰ ਸਕਦਾ। ਸਾਡੇ ਕੋਲ ਫੋਨਪੇ ਜਿੰਨੀਆਂ ਵੀ ਆਪਣੀਆਂ ਔਨਲਾਈਨ ਪੇਮੈਂਟਸ ਵਾਸਤੇ ਚੱਲ ਰਹੀਆਂ ਇੰਡੀਆ ਦੇ ਵਿੱਚ ਸਾਰੇ ਅਵੇਲੇਬਲ ਨੇ ਔਨਲਾਈਨ ਪੇਮੈਂਟ ਵਾਸਤੇ। ਨਾਲ ਜੀ ਤੁਹਾਡਾ ਬਹੁਤ ਧੰਨਵਾਦ ਜਿਸ ਤਰੀਕੇ ਨਾਲ ਸਾਨੂੰ ਸਮਾਂ ਦਿੱਤਾ, ਔਰ ਚਾਹਾਂਗੇ ਕਿ ਜਿੱਦਾਂ ਤੁਹਾਡੇ ਫਾਦਰ ਨੇ ਕਰਿਆਨੇ ਦੇ ਫੀਲਡ ਦੇ ਵਿੱਚ ਨਾਮ ਬਣਾਇਆ ਅਤੇ ਪੈਟਰੋਲ ਪੰਪ ਦੀ ਦੁਨੀਆ ਦੇ ਵਿੱਚ ਵੀ ਤੁਹਾਡਾ ਨਾਮ ਉਸੇ ਤਰੀਕੇ ਦੇ ਨਾਲ, ਜਿੱਦਾਂ ਲੋਕ ਨਾਰੰਗ ਦੀ ਗੱਲ ਕਰੀਏ ਅਤੇ ਕਿਰਿਆਨੇ ਦੀ ਗੱਲ ਕਰੀਏ ਤਾਂ ਕਹਿੰਦੇ ਨਹੀਂ ਨਹੀਂ ਯਾਰ ਤਾਂ ਬਹੁਤ ਵਧੀਆ ਮਤਲਬ ਕਿੰਗ ਨੇ ਉਹ, ਅਤੇ ਇਹੀ ਕਿੰਗਨੈਸ ਜਿਹੜੀ ਤੁਹਾਡੀ ਇਸ ਦੇ ਵੀ ਬਰਕਰਾਰ ਹੋਵੇ। ਤੁਹਾਡਾ ਧੰਨਵਾਦ। ਧੰਨਵਾਦ।